ਦਿੱਲੀ ਦੇ ਰਾਣੀ ਝਾਂਸੀ ਸਰਵੋਦਿਆ ਕੰਨਿਆ ਸਕੂਲ ਤੇ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿੱਚ ਗੈਸ ਚੜਨ ਦੇ ਨਾਲ ਤਕਰੀਬਨ 460 ਤੋਂ ਵੱਧ ਵਿਦਿਆਰਥਣਾਂ ਬਿਮਾਰ ਹੋ ਗਈਆਂ ਨੇ, ਜਿਨ੍ਹਾਂ ਵਿੱਚੋਂ 3 ICU ਦੇ ਵਿੱਚ ਦਾਖਲ ਨੇ। ਮੌਕੇ ਤੇ ਸਕੂਲ ਵੱਲੋਂ ਦਿੱਲੀ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਵੀ ਦਿੱਤੀ ਗਈ। ਬੇਸੁਰਤ ਹੋਈਆਂ ਵਿਦਿਆਰਥਣਾਂ ਨੂੰ ਐਂਬੂਲੈਂਸ ਰਾਹੀਂ ਤੁਰੰਤ ਹੀ ਨਜ਼ਦੀਕ ਦੇ ਹਸਪਤਾਲਾਂ ਦੇ ਵਿੱਚ ਪੁੱਜਦਾ ਕੀਤਾ ਗਿਆ। ਸਕੂਲ ਦੇ ਪਿਛਲੇ ਪਾਸੇ ਤੁਗਲਕਾਬਾਦ ਕੰਟੇਨਰ ਡਿਪੂ ਤੇ ਕਿਸੇ ਕੰਟੇਨਰ ਤੋਂ ਗੈਸ ਲੀਕ ਹੋਈ ਸੀ, ਜਿਸ ਦੇ ਕਾਰਨ ਹੀ ਇਹ ਘਟਨਾ ਵਾਪਰੀ ਹੈ। ਇਹ ਕੰਟੇਨਰ ਚੀਨ ਤੋਂ ਦਰਾਮਦ ਕੀਤਾ ਗਿਆ ਸੀ ਅਤੇ ਉਸ ਨੂੰ ਹਰਿਆਣਾ ਸੋਨੀਪਤ ਵੀ ਲਿਆਇਆ ਜਾਣਾ ਸੀ। ਡਾਕਟਰਾਂ ਨੇ ਪੂਰੀ ਸਥਿਤੀ ਤੇ ਲਗਾਤਾਰ ਨਜ਼ਰ ਰੱਖੀ ਹੋਈ ਹੈ। ਦਿੱਲੀ ਸਰਕਾਰ ਦੇ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵੀ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਨੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਗੈਸ ਲੀਕ ਘਟਨਾ ਦੇ ਲਈ ਜ਼ਿੰਮੇਵਾਰ ਵਿਅਕਤੀਆਂ ਦੇ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਦਿੱਲੀ ਸਰਕਾਰ ਨੇ ਤੁਗਲਕਾਬਾਦ ਡਿਪੂ ਨੂੰ ਵੀ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਹੈ।